ਸਤਿ ਸ਼੍ਰੀ ਅਕਾਲ, ਮੈਂ ਹਾਂ ਦਲੇਰ ਮੰਦੀ ਔਰ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਹੁਣ ਮੈਂ ਮੂਵੀ ਦੇਖਿਆ ਹੈ ਅਰਦਾਸ 3। ਇੰਨੀ ਸੋਹਣੀ ਮੂਵੀ, ਔਰ ਇਸ ਤੋਂ ਪਹਿਲਾਂ ਮੈਂ ਕਦੇ ਗਿੱਪੀ ਸਾਹਿਬ ਦੀ ਕੋਈ ਫਿਲਮ ਦੇਖੀ ਨਹੀਂ ਸੀ, ਫਸਟ ਮੂਵੀ ਮੈਂ ਦੇਖੀ। ਔਰ ਘੁੱਗੀ ਬਾਜੀ ਔਰ ਸਾਰੀ ਇੰਟਾਇਰ ਟੀਮ, ਇੱਕ ਇੱਕ ਕਿਰਦਾਰ, ਕਮਾਲ ਮੂਵੀ ਹੈ ਔਰ ਤੁਹਾਨੂੰ ਰੱਬ ਨਾਲ ਜੋੜਦੀ, ਰੱਬ 'ਤੇ ਯਕੀਨ ਦਵਾਉਂਦੀ ਬਹੁਤ ਜ਼ਿਆਦਾ। ਸੋ ਜਿਹੜੇ ਬੰਦੇ ਮੇਰੀ ਆਵਾਜ਼ ਨੂੰ ਸੁਣ ਰਹੇ ਨੇ, ਪਲੀਜ਼ ਸਿਨੇਮਾ ਹਾਲ ਜਾਓ, ਇਹ ਮੂਵੀ ਨੂੰ ਵੱਧ ਚੜ੍ਹ ਕੇ ਪੂਰਾ ਸਾਥ ਦਿਓ, ਆਪਣੇ ਬੱਚਿਆਂ ਨੂੰ ਲੈ ਕੇ ਜਾਓ ਤਾਂ ਕਿ ਉਹਨਾਂ ਨੂੰ ਮਾਂ ਬਾਪ ਦੀ ਵੈਲਿਊ ਸਮਝ ਆਏ ਕੀ ਹੈਗੀ। ਅੱਜ ਦੇ ਜ਼ਮਾਨੇ 'ਚ ਮਾਂ ਬਾਪ ਦੀ ਕੀ ਵੈਲਿਊ ਹੈਗੀ, ਪਿਆਰ ਕਿਵੇਂ ਹੁੰਦਾ ਹੈਗਾ, ਕਿਵੇਂ ਫੈਮਿਲੀ ਵੱਧ ਸਕਦੀ ਆਪਸ 'ਚ ਪਿਆਰ ਨਾਲ, ਬਹੁਤ ਜ਼ਰੂਰੀ। ਇੱਕ ਵੀ ਗੰਦੀ ਗਾਲ ਨਹੀਂ, ਇੱਕ ਵੀ ਕੋਈ ਗੰਦਾ ਬੋਲ ਨਹੀਂ, ਕੋਈ ਵਿਸ਼ੇਸ਼ ਨਹੀਂ, ਬਹੁਤ ਸਾਫ਼ ਸੁਥਰੀ ਮੂਵੀ। ਮੈਨੂੰ ਲੱਗਦਾ ਕਿ ਜੋ ਦੇਸ਼ ਆਜ਼ਾਦ ਹੈ, ਪਹਿਲੀ ਵਾਰ ਇੰਨੀ ਸਾਫ਼ ਸੋਹਣੀ ਮੂਵੀ, ਔਰ ਹਜ਼ੂਰ ਸਾਹਿਬ ਦੇ ਦਰਸ਼ਨ ਹੋਣਗੇ, ਅਰਦਾਸ ਜਦੋਂ ਉੱਥੇ ਹੁੰਦੀ ਹਜ਼ੂਰ ਸਾਹਿਬ ਦੀ, ਸਾਰਾ ਸਿਨੇਮਾ ਹਾਲ ਖੜ੍ਹਾ ਹੋ ਗਿਆ ਔਰ ਮੈਂ ਤਾਂ ਸਿਰਫ ਰੋਂਦੇ ਹੀ ਰਿਹਾ ਕਿ ਇੰਨੀ ਸਾਫ਼ ਮੂਵੀ ਔਰ ਇੰਨੀ ਅੱਛੀ ਮੂਵੀ ਅੱਜ ਦੇ ਯੁੱਗ 'ਚ ਬਣਾਉਣੀ। ਮੈਂ ਬਹੁਤ ਵਧਾਈਆਂ ਦਿੰਦਾ ਗਿੱਪੀ ਗਰੇਵਾਲ ਸਾਹਿਬ ਨੂੰ, ਘੁੱਗੀ ਭਾਜੀ ਨੂੰ, ਇੰਟਾਇਰ ਟੀਮ ਨੂੰ, ਬਹੁਤ ਕਮਾਲ ਮੂਵੀ। ਤੁਸੀਂ ਜਾਓ, ਤੁਹਾਨੂੰ ਲੱਗਿਆ ਕਿ ਯਾਰ ਜੀਵਨ ਸਫਲ ਹੋਇਆ, ਗੋਡ ਬਲੈਸ ਯੂ ਆਲ, ਪੂਰੀ ਟੀਮ ਨੂੰ ਬਹੁਤ ਮੁਬਾਰਕਾਂ, ਰੱਬ ਰਾਖਾ। ਥੈਂਕ ਯੂ ਬੈਲ ਮੁੰਡੇ, ਥੈਂਕ ਯੂ ਗੁਰਮੀਤ ਭਾਜੀ, ਥੈਂਕ ਯੂ YPS ਔਰ ਸਾਰੀ ਟੀਮ, ਕਿੰਨਾ ਸੋਹਣਾ ਅਰੇਂਜਮੈਂਟ, ਰੱਬ ਰਾਖਾ।